ਦਾ ਮਸਾਇਬੋਂ ਬੀਬੀ ਦੀ ਹਸਰਤ ਹੈ ਜਿਹੜੀ ਪਰਦੇ ਦੇ ਅੰਦਰ ਤਸ਼ਰੀਫ ਫਰਮਾਏ। ਮੈਂ ਪੜ੍ਹਨਾ ਬਾ ਮੁਹੱਬਤ ਸ਼ਾਹ ਜੀ ਕੁਝ ਹੋਰ ਚਾਹੁੰਦਾ, ਲੇਕਿਨ ਹਿਕਰੂ ਬਜ਼ੁਰਗ ਅਜ਼ਾਦਾਰ ਮੈਂ ਕੁਰ ਹੁਕਮ ਦਿੱਤੇ, ਚਲੋ ਹੁਕਮ ਦੀ ਤਾਮੀਲ ਕਰਨ ਵਾਸਤੇ ਬਾ ਅਖਤਰ ਸ਼ਾਹ ਜੀ, ਮਾਲਿਕ ਤੁਹਾਡੇ ਬਚੜੇ ਦੇ ਦਰਜਾਤ ਬੁਲੰਦ ਫਰਮਾਵੇ। ਮੇਰੇ ਸਾਹਮਣੇ ਮਜਲਿਸ ਦੀ ਜ਼ੀਨਤ ਲੋਕ ਬੈਠੇ ਹੋ, ਇਤਨੇ ਸ਼ਾਮ ਦੇ ਜ਼ਵਾਰ ਬੈਠੇ ਨਾ, ਮੇਰੀ ਗਵਾਹੀ ਦੀਵੇ ਜਿਹੜੇ ਨਹੀਂ ਗਏ, ਝੋਲੀ ਚਾਹ ਕੇ ਦੁਆ ਪੀਆ ਕਰੇ ਨਾ, ਅੱਲਾ ਇਤਨੇ ਤੱਕ ਮੌਤ ਨਾ ਦੇਵੀ ਜਿਤਨੇ ਤੱਕ ਭੈਣ ਭੇਰਾ ਦੀ ਨਗਰੀ ਨਾ ਵੇਖੇ। ਅੱਲਾ ਤੁਹਾ ਕੋ ਸ਼ਾਮ ਲੈ ਜਾਵੇ ਨਾ ਕੱਛੀ ਵਾਲਿਆ। ਅੱਜ ਵੀ ਬਈ ਜਾਨ ਸ਼ਾਮ ਵਿੱਚੋਂ ਤਖ਼ਤ ਮੌਜੂਦ ਹੈ ਬਜ਼ੁਰਗੋ, ਜਿਹੜਾ ਜ਼ਮੀਨ ਕੋਲੋਂ 17 ਪੌੜੀਆਂ ਉੱਚੇ। ਇਹ ਯਜ਼ੀਦ ਕੁੱਤਾ ਖਾਨ ਜੀ ਬੈਠੇ ਤਖ਼ਤ ਤੇ, ਸਾਹਮਣੇ ਖੜੀਆਂ ਅਲੀ ਦੀਆਂ ਸ਼ਰੀਫ ਧੀਆਂ ਤੇ ਨੋਹਾਂ। ਜੇ ਕੁਝ ਸਮਝ ਨਹੀਂ ਆਈ, ਇਹ ਤਖ਼ਤ ਤੇ ਬਹਿ ਕੇ ਨਾ ਸੈਦੋ ਮੈਂ ਕੋਈ ਮਾਫ਼ੀ ਨਹੀਂ ਵੇ, ਉਹ ਛਾ ਦੱਸੇ ਸੀ ਜਿੱਥੋਂ ਕੋਈ ਸੈਯਦ ਬੈਠਾ ਹੋ ਸੀ, ਭਈ ਜਾਨ ਨੌਕਰ ਸਮਝ ਕੇ ਮਾਫ਼ੀ ਨਹੀਂ ਵੇ। ਤਖ਼ਤ ਤੇ ਬਹਿ ਕੇ ਨਾ ਖਾਨ ਜੀ ਇਹ ਤਰਾਏ ਕੰਮ ਬੈਠਾ ਕਰੇਂਦੇ। ਕਿਹੜੇ ਤਰਾਏ ਕੰਮ? ਪਹਿਲਾ ਕੰਮ, ਇਹ ਕੁੱਤਾ ਸ਼ਰਾਬ ਬੈਠਾ ਪੀਂਦਾ। ਦੂਜਾ ਕੰਮ, ਇਹਦੇ ਹਵਾਰੀ ਮਜ਼ਾਕ ਕਰਦੇ ਤੇ ਕਹਿ ਕੇ ਮਾਰ ਕੇ ਹੱਸਦਾ ਬੈਠੇ। ਤੀਜਾ ਕੰਮ, ਇਹ ਸ਼ਤਰੰਜ ਬੈਠਾ ਖੇਡਦੇ। ਸੈਦੋ ਮੈਂ ਕੋ ਮਾਫ਼ੀ ਨਹੀਂ ਵੇ, ਉੱਚੇ ਆਵਾਜ਼ ਨਾਲ ਬੈਠਾ ਦੇ, ਮੈਂ ਬਾਗੀ ਮਰਾਇਆ ਹੈ। ਸ਼ਾਇਦ ਤੂੰ ਥੱਕ ਵੀ ਹੈ ਯਾਰ, ਹੈ ਤਾਂ ਤੇਰੇ ਵਾਸੀ ਚ, ਕਿਉਂ ਸ਼ਰਮਾ ਕੇ ਬੈਠਾ ਰਹਿੰਦੇ? ਬਈ ਜਨਾ ਦਾ ਬੈਠੇ, ਮੈਂ ਬਾਗੀ ਮਰਾਇਆ ਹੈ। ਨਿਕਲ ਜਾ ਸੀ ਅਜ਼ਾਦਾਰ ਦੀ, ਰੋਵਣ ਨਾ ਵੀ ਨਾ, ਹੈ ਜ਼ਰੂਰ ਕਰੇਂਦਾ ਵਾ। ਜਿੱਦਾਂ ਤੀਜੇ ਦਫਾ ਕਹਿਸਣਾ, ਮੈਂ ਬਾਗੀ ਮਰਾਇਆ ਹੈ, ਮੇਰੀ ਸੈਣ ਦੀ ਕਣ ਦੇ ਸੱਜੇ ਪਾਸੇ ਆਈ ਆ ਯਾ ਨਬੀ ਦੀ ਕਬਰ। ਇਤਨੇ ਸ਼ਾਮ ਦੇ ਜ਼ਵਾਰੀ ਨੂੰ ਵੇਖਾ ਹੋ ਸੋ, ਅੱਜ ਪੱਕੀ ਮਜ਼ਾਰ ਹੈ ਖਾਨ ਜੀ। ਤਦਾਂ ਬਾ ਮੁਹੱਬਤ ਸ਼ਾਹ ਜੀ ਕੱਚੀ ਮਜ਼ਾਰ ਹੈ। ਬਾਬਾ ਅਖਤਰ ਸ਼ਾਹ ਜੀ, ਜਿੱਦਾਂ ਤੀਜੇ ਦਫਾ ਕਹਿਸਣਾ, ਮੈਂ ਬਾਗੀ ਮਰਾਇਆ ਹੈ, ਮੇਰੀ ਆਲੀ ਹਸੈਨ ਜ਼ਖਮੀ ਪਰੇਸ਼ਾਨੀ ਦਾਈ ਦੀ ਕਣ ਤੋਂ ਚਾਹੀਏ। ਬੀਬੀ ਉੱਚੇ ਆਵਾਜ਼ ਨਾਲ ਪਈਆ ਦੀ, ਉਹ ਕਮੀ ਨਾ ਬਕਵਾਸ ਨਾ ਕਰ, ਹੁਣ ਬਾਗੀ ਸੱਦਈ, ਵੱਧ ਬਾਗੀ ਨਾ ਸੱਦੇ। ਬੀਬੀ ਆਦੀ ਆਖੇ, ਮੈਂ ਯਾਹਿਆ ਨਬੀ ਕੋ ਹੁਕਮ ਦੇਵਾਂ, ਮੇਰੇ ਹੁਸੈਨ ਭਰਾ ਦੀ ਸਦਾਕਤ ਦੀ ਗਵਾਹੀ ਦੇਵੇ, ਮੈਂ ਪੱਥਰ ਜਿਗਰ ਦਜ਼ਾਮੇ ਨਹੀਂ ਜਿਹੜਾ ਖਾਂਦੀ ਅਜ਼ਾਦਾਰ ਬਣ ਕੇ ਬੈਠੇ। ਮਲਿਕ ਜੀ ਉਸ ਵੇਲੇ ਆਕਾ ਸਜਾਦ ਫਰਮਾਉਂਦੇ ਨੇ, ਮੇਰੀ ਫੁੱਫੀ ਦੀ ਗੱਲ ਮੁੱਕੀਏ, ਯਾਹਿਆ ਨਬੀ ਦੀ ਕਬਰ ਐਰਾਂ ਤਾਂ ਖਲੀਏ, ਸਜਾਦ ਕੜੀਆਂ ਤੌਕ ਜ਼ੰਜੀਰ ਕੁੰਜ ਕੇ ਨਾ ਬਜ਼ੁਰਗੋ ਫੁੱਫੀ ਦੇ ਕੋਲ ਆ ਕੇ ਖੜਾ ਦੇ, ਅੰਮਾ ਨਬੀਆਂ ਕੋ ਤਕਲੀਫ ਨਾ ਦੇ, ਮੈਂ ਸਜਾਦ ਜੋ ਜੀਂਦਾ। ਸੁਬਹਾਨੱਲਾ ਸੁਬਹਾਨੱਲਾ, ਹੁਣ ਰੋਨੇ ਜਿਵੇਂ ਮੈਂ ਚਾਹੁੰਦਾ, ਭੇਜਣ ਹਰ ਅੱਖ ਦੀ ਇਬਾਦਤ ਹੋ ਗਈ ਹੈ। ਜਵਾਨ ਔਖਰ ਰੋਂਦੇ, ਰੋ ਪਵੇ ਤਾਂ 40-40 ਸਾਲ ਰਤ ਰੋਂਦੇ ਨੇ। ਸੈਯਦਜ਼ਾਦਾ ਮੈਂ ਕੁਮਿੰਬਰ ਦੀ ਇੱਜ਼ਤ ਦੀ ਕਸਮ ਹੈ, ਸਾਰੇ ਚੁਮਲੇ ਛੋੜ ਦਿੱਤੇ, ਕਿਉਂਕਿ ਕਾਫੀ ਸਫ਼ਰ ਕਰਨਾ। ਅਜ਼ਾਦਾਰੋ ਜਿਹਦੀ 70 ਹੋਵੇ ਨਾ ਬਾਬੂ ਜੀ, ਮੈਂ ਨਾਂ ਜ਼ਰੂਰ ਚਾਹੁੰਦਾ। ਅੱਲਾ ਦਰਜਾਤ ਬੁਲੰਦ ਫਰਮਾਵੇ। ਮੌਲਾਨਾ ਗੁਲਾਮ ਹੈਦਰ ਕੱਲੂ ਮਰਹੂਮ ਦੇ, ਉਹ ਕੱਚੀ ਆਲਾ ਪੜਦੇ ਰਹਿੰਦੇ ਹਨ। ਜਿੱਦਾਂ ਦਰਬਾਰ ਵਿੱਚ 9 ਘੰਟੇ ਗੁਜ਼ਰੇ ਨਾ, 9 ਘੰਟਿਆਂ ਦੇ ਦੌਰਾਨ ਬਸਤੀ ਵਾਲੇ ਹਰ ਬੀਬੀ ਕਦਮ ਬਦਲੇ, ਕਿਸੇ ਸੱਜਾ ਚਾਹੇ ਤਾਂ ਖੱਬਾ ਜ਼ਮੀਨ ਤੇ ਰੱਖੇ, ਸੱਜਾ ਜ਼ਮੀਨ ਤੇ ਰੱਖੇ ਤਾਂ ਖੱਬਾ ਜ਼ਮੀਨ ਤੋਂ ਚਾਹੇ। ਉਹ ਜਾ ਦੱਸੇ ਸੀ ਜਿੱਥੋਂ ਕੋਈ ਸੈਯਦ ਅਜ਼ਾਦਾਰ ਬੈਠਾ ਹੋ ਸੀ, ਉਹ ਪੜਦੇ ਰਹਿੰਦੇ ਸ਼ੀਆ, ਮੇਰੇ ਕਰੋੜਾਂ ਸਲਾਮ ਫਿਜ਼ਾ ਸੈਣ ਦੀ ਇੱਜ਼ਤ ਤੇ ਅਜ਼ਮਤ ਕੋ। ਬਾਬਾ ਨਜ਼ਰ ਸ਼ਾਹ ਜੀ, ਨਾ ਸੱਜਾ ਪੈਰ ਚਾਹਿਆ 9 ਘੰਟਿਆਂ ਦੇ ਦੌਰਾਨ, ਨਾ ਖੱਬਾ ਪੈਰ ਚਾਹਿਆ, ਤੁਹਾਡੀ ਹੈ ਨਿਕਲੀ ਹੈ ਕੱਚੀ ਵਾਲੇ। ਕਿਹੜਾ ਅਜ਼ਾਦਾਰ ਹੈ ਜਿਹੜਾ ਮਾਤਮੀ ਸਰਵੇਂ ਦੇ ਬਾਬੂ ਜੀ ਹੱਥ ਰੱਖਦੇ ਤੇ 70 ਤੇ ਹੈ ਤੇ ਮਾਤਮ ਨਾ ਕਰੇ? ਬਸਤੀ ਵਾਲਿਆ, ਮੈਂ ਕੋ ਮਿੰਬਰ ਦੀ ਇੱਜ਼ਤ ਦੀ ਕਸਮ ਹੈ, ਤੁਹਾਡੀਆਂ ਚਾਚਾ ਜੀ ਰੋਣੀ ਅੱਖੀ ਦੀ ਕਸਮ ਹੈ ਬਾਬਾ ਜੀ, ਉਸ ਵੇਲੇ ਫਿਜ਼ਾ ਸੈਣ ਦੀ ਕਣ ਤੋਂ ਮੱਥਾ ਚਾ ਕੇ ਆਲੀਆ ਰੋ ਕੇ ਪਈਆ ਦੀ, ਅੰਮਾ ਥੱਕ ਪਈ ਉਸੇ, ਹੁਣ ਤਾਂ ਪੈਰ ਬਦਲਾ ਚਾ, ਪਿੱਛਾ ਮੋਹ ਕਰਕੇ ਆਦੀ ਆਲੀਆ, ਥੱਕ ਜ਼ਰੂਰ ਪਈਆਂ, ਤੇਰੀ ਗੁਰਬਤ ਦੀ ਕਸਮ ਹੈ, ਮੈਂ ਪੈਰ ਬਦਲਾਉਣ ਦੀ ਕੋਸ਼ਿਸ਼ ਕਰੇਂਦੀ ਹਾਂ, ਤੇਰੇ ਹੁਸੈਨ ਭਰਾ ਦੀ ਮੈਂ ਕੋ ਵਸੀਅਤ ਯਾਦ ਆਵੇਂਦੀ ਹੈ। ਜਵਾਨੀ ਮਾਣੇ ਤੁਹਾਡੀ ਹੈ ਨਿਕਲੀ, ਆਲੀਆ ਰੋ ਕੇ ਪਈਆ ਦੀ, ਅੰਮਾ ਕਿਹੜੀ ਵਸੀਅਤ? ਫਿਜ਼ਾ ਰੋ ਕੇ ਪਈਆ ਦੀ, ਆਲੀਆ ਦਾ ਮੁਹਰਮ ਦਾ ਦੀ ਅਕਬਰ ਦੀ ਮੌਤ ਦਾ ਮੁੱਕਾ ਹੋ, ਹੁਸੈਨ ਤੁਸਾਂ ਭੈਣਾਂ ਦਾ ਆਖਰੀ ਸਲਾਮ ਕਰਕੇ ਖਿਆਮ ਵਿੱਚ ਮੈਦਾਨ ਦੋ ਵਹਿੰਦਾ ਪਿਆ, ਤ੍ਰੀਜੀ ਕਨਾਤ ਕੋਲ ਆ ਕੇ ਜ਼ਖਮੀ ਹੱਥ ਨਾਲ ਮੁਰਤਜਿਸ ਦੀ ਵਾਗ ਮੋੜੀ ਹੈ। ਬਜ਼ੁਰਗੋ ਮੇਰੇ ਖੈਮੇ ਦੇ ਦਰ ਤੇ ਆ ਕੇ ਆਖੇ, ਅੰਮਾ
ایک زخمی لازے دا مہمان میں وصیت کرن آیا میں ہاتھ بن کے آکھا نوکر مر ونی کیڑی وصیت رو کے آکھا اس اماں جے تک جیویں میری آلیا دا پردہ بچاویں سبحان اللہ سبحان اللہ یار تھکے نہیں نیاز حسین تھکے نہیں میں ہی پڑھ سنی میں نمازی نماز نوکر سے لکھ وری آکھا جے تک جیویں میری آلیہ دا پردہ بچاویں عزادارو جڑن دربار دی حالت یزید رٹھی ہے نا اس ویلے بہتر شاہ جی یزید سجے کھبے ویکیا دے عمر ابن سعد بزرگ پڑھ دے رہنے نواوا جی اے یزید دے عمر ابن سعد جس بھین دا بھرا نال ایڈا پیار ہا او بھین بھرا کل کربلا رہ گئی ہے آدھے نہیں کیا او بھین مدینے چلی گئی ہے آدھے نہیں کیا او بھین بھرا کلوں اتھے کربلا بھرا دے رلے خس گئی ہے آدھے نہیں او کتھے عمر ابن سعد دے او یزید سامنے ویکھنا جیڑی سفید والا نال ضعیفہ پردہ بڑھائی کھڑی ہے این ضعیفہ دی کانڈ پیچھے او علی دی دھی کھڑی ہے اے اوچی آواز نال کتا بھیلتا ہس کے آدھے او ضعیفہ میرے دربار اچ پردے دی کوئی ضرورت نہیں پردہ چھوڑ میری سین اوچی آواز نال پیا دی او ساری ازاد کردہ کنیز دا پتر ظالم حیا کر میں مر جا ساں پردہ نہ چھوڑے ساں کہیں دا دل لکھے تھوڑی سید جتنے بیٹھے ہو نا باو جی تھوڑی کنیز دا پتر ہاں کسے زدار دا بھرا ہاں کسے دا پتر ہاں کوئی جیدہی غریب ہو بے نا کچھی علیہ بھری جوانی بھیجن ہاتھ نہیں بندہ میں ہاتھ بن کے روایت دی معافی پیا مانگ دا کسے دا دل لکھے تا نوکر سمجھ کے معاف کرے جیدہ سین فیضہ دیے گل مکی ہے نا یزید دے عمر ابن سعد سپائی کو آنکھ جلدی کر تازیانہ لیا تیری ہائے نکلی ازادارو بزرگ پڑھ دے رہا دیا ہیں بھائی جانے این سترہ لکھنیاں شروع کی دیا ہیں سی ازادہ جدہ سجے ہاتھ دے تریجے دفعہ ستر لکھی ہے نا مقدمین باو اختر شاہ جی پڑھ دے رہا دیا ہیں کلام دی اتنی نوک تیز ہائی باو جی جو سرخ سیائی دے قطرے زمین دے جھنین میں کو ممبر دی زیادی قسم میں آلیہ رو کیا دی اما پردہ چھوڑ میں آلیہ را دیا آواز آنی آلی آج حکم نہ دے آج دے دی واسطے تا تیرے نانے محمد کو لو زندگی مگیا سبحان اللہ مرحبا مرحبا میں نوکر بابا لکھواری اکھا سے لکھواری اکھا تو انہیں جائیں دے پردے سلامت ہوئے بس وین دے قریب آگیاں اتھائیں دعا منگی کر شالہ اے دے اوکھے وے لے کوئی کسے دا ہوئے فیضہ سین سجے ریٹھے کھبے ریٹھے ازاداران سے رندے تیرا دھیان مسائب علی پاسے ہوئے میں قدی ازادار کو نہیں روکا میں ان کو کیوں روکا جندہ دروازے تے کھڑ کے رات رومن علی استقبال کر دے تے رات روکے دے تُسا راج راج رو وہ میری پھوپیاں کو راج کے رومن کسے نہیں دیتا فیضہ سین کچھی علی سجے ریٹھے کھبے ریٹھے پیچھا مو کر کے پیا دیا آلیا آلیا اجازت دے میں آزالم دے درباری جو میں فضا پھر دیا کچھی آلیا دری ہے نکلی آلیا رو کے بیا دیا اما کیوں پھر دے ہو حقل مار گیا دیا آلیا سامنے سنری کرسیاں دے میں کو بابے دری آیا نظر بیا دیا کچھی آلیا دری ہے نکلی آلیا رو کے بیا دیا اما بولا شالہ کوئی کہہ دو ہوئے آواز آن دی اما آج میں دا غازی ہوئے آج میں دا اکبر ہوئے آواز آن دی اما بلاوئے آو میں دے بھیرا وند مار موک گئے سارے شامل نوکرم بابا لکھواری اکھا جا جا جی بھلاو یری زیفی سونی ہے کی دی نوکرم بابا کیڑا زدہ اور جڑائی صدر دے ہے دے مادم نہ کرے زی چولی وداو صدر دے رہے حوالے کرے نا اجازت ملان دی دے رہی وسیع لیا فیضہ روکے بیا دی او کرسی نشینہ تو آدھے جو کوئی حبشی ہے
بابا جی تھوڑی ہے نکلی ہے چار ہزار حبشی تلوار لے کے کرسیاں تو ٹھہر قریب آ کے بیا دین کون ایسا کو شرابی دے دربار چ بلاون والی فضا دی آواز پی آدھی حبشی آؤ تھوڑا وطن کہڑا دن زنجبار تھوڑے بادشاہ دا کیا نام ہے عشق بوس فضا دی آواز پی آدھی حبشی آؤ تھوڑا بادشاہ زندہ یا مر گئی ہے حبشی رو کے کھڑا دے ضعیف مدت ہو گئی ہو مر گئی ہے فضا دی آواز پی آدھی حبشی آؤ حکومت کون پیا کریں دے حقل مار کے دے ضعیف گدھی آئی جہاں نام میں مونا اسا تاج پوایا تخت بلایا تھوڑا عرصہ حکومت کی دی آئی مردان دی کونسل بناؤ کے تخت و تاج رہی دنیا دے حوالے کی دے ماتم کرنا ہی تو میں نے دیکھے وستی آلیا فضا رو کے آدھیے او آپ کن گئی ہے شرما نہیں یار شرما نہیں جی میں تیری دھرتی دے دے نوکر بابا لکھ واری آکھا حبشی رو کے کھڑا دے ضعیفہ کوئی مدینے دے سیال صدوینے انہاں دی نوکر ون بنی ہے اسا سنے انہاں دے گھاری چی جھاڑو دین دی ہے انہاں دے بال کھڑین دی ہے انہاں دے گھاری چکیاں چلین دی ہے انہاں دے گھاری چو بردن دھون دی ہے حقل مار کیا دے ضعیفہ کوئی اید لجبالین محمدی سدیندہ دورے علی بھین سدیندہ دورے حسن دے حسین ماوز سدینے یار کیڑا ماتم یہ جڑا ہاتھ رکھ دے ہی نہ میڑا تے ماتم نہ کرے تو ہو نہیں سکتا فضا دی آواز پیان دی حبشی آو اوہ میں مولا تو خود درباری جمیل ونیے پہچان ویسو عقل مار کیا دے قیدے نو ہویا تیرا چٹا سر نو ہویا میں اسے گل دا بدلا گنا فضا دی آواز آن دی کیڑی گل دا بدلا عقل مار کیا دے ضعیفہ کجا شرابی دا دربار کجا ساری ملکہ دنا فضا دی آواز آن دی حبشی آو نرو آو بادشاہ اجڑ ویند رہ دینا شریفان دے وقت آویند امیر غریب ہوویند رہ دینا فضا دی آواز آن دی دور نہ کھڑو وہ پہچانو اوہاں میں مونا میں مونا دنا میں دے سار چکا میں تیرا سار کلام کرنا کچھی آلیا فضا دی آواز آن دی حبشی آو میں دے چور مکڑ ہے آدھے نہ مدینے آلے سیدان دی نوکری چھوڑے کر لکھور یا کھا چلو سونا رو پیو بابا جی حق بندہ میں تھا ہی چھوڑ دیوا لیکن بابا جی زندگی دا کوئی بدہ نہیں ہی کہ بزرگان دا وین سوڑ کے بزرگان دے آئی تو 89 سال پہلے بھائی جان ایک بزرگان دا مہرالا ملک جی وین یاد آگی ہے بابا جی جی میں حفظہ دی گل مکی ہے سفیر روم کرسی دوٹھا ہے حقل مار کیا دے یزیدہ تین تا ظلم دی حد مکھائی ہے تین تا خیمیں باغی مرائے ظالمات ہیں تین نبیان دے سلطان دا پتر مرائے میں داؤد نبی دی ستاروی پوشتی چوہاں اجن تک لوگ میں دو اترا من کنڈ کر کے نہیں دور دے ماتم کرنا ہی تا میں جو دیکھے حقل مار کے سفیرہ دے ظالمات ای غریب دا جرم کیڑا ہاں ماتمیوں معافی دیوائے یزید آس کیا دے حسین نماز نہیں پڑھ دا میری سین علی اممہ بڑھ کے بیٹھی ہے پاپا علی بڑھ کے اٹھی ہے علی رو کے آدھی ہے مطا تو سمجھے میں ماں پاکوں دربار وچوں
बाबा जी मैं इतने छुड़ेंदा पिया लेकिन जितने जवान वेन करके रोंदे भयो बाबा जी जदों दरबार की हालत यजीद रिठिए यजीद हकन मार के आदे उमर इब्ने साद जल्दी कर कैदियां ली फरीस लाया वतन आ लिया तैं मर नहीं मंजना कंजू सदना पिया करेंदा भई जन अली दी बड़ी थी दना फड़ाइंदा दिल नहीं कंबा बाबा अख्तर शाह जी अली दी पे औला थी दना फड़े सही आजाद आइंदा दिल नहीं कंबा लाहौर दी मलका सैन दा ना पड़े यजीद दा दिल नहीं कंबा जद अली अकबर दी माल लैला दे ना ते दीद पईए यजीद दा दिल कंब गया हद्दू फरीद ठहे पईए तेखो नहीं पता दा मैं दसैना अली अकबर दी माल लैला यजीद दी फुफी दी धीए यजीद दा दे उमर इब्ने साद जल्दी कर चादर लाया यजीद दे हथ चादर आई है तकलीफ ने सा जितने अलमा ले देना करो हाथ बुलंद करो अल्हम्दुलिल्लाह पूरा पिंडा अलमा ले देना करे ई मेन ते रोमन आवे हाय ते मातम तेरे वासी जे यजीद हाथ चादर आई है यजीद अकबर दी मां दे चादर बधाई है अकल मार के दे ले ल भैण ए चादर आई सार ते पा घर लगी जा अकबर दी मां मिट्टी ते छणिए أعوذ بالله